नमस्कार, साइंस टीवी देख रहे सारे दर्शकों का स्वागत है। मैं कीर्ति तिलके हाजिर हाँ प्रोग्राम हैलो डॉक्टर। हैलो डॉक्टर प्रोग्राम के विच असी हमेशा वो चीजा थोड़े नाल सांझियां करदे आ जिहड़े स्पैशलिस्ट साडे कोल आउंदे ने, जिहड़ियां घातक बीमारियां ने जां जिन्हां तों सानूं बहुत ज्यादा डर लगदा है कि असी वो करवाइए सी जां ना करवाइए, जां असी सिर्फ एक खौफ च ही रह जांदे आ ते अनगहली करदे करदे उस प्रॉब्लम नूं वड्डा कर लैंदे आ। सो अज जिहड़े साडे कोल माहिर आए ने ते जिन्हां दे नाल असी वो गल्लबात करांगे, पहलां उस गल तों ते उहनां नूं इंट्रोड्यूस करवा तो पहला थोड़ा मैं दस दया कि हर एक औरत का एक ड्रीम होंगे, एक लेडी जो कुड़ी व्याही जाती है ते ओ जदों बच्चे नूं जन्म दिंदी है ते ओ एक संपूर्ण औरत बनदी आ ते एक मां कहाउण दा जिहड़ा हुंदा दिल दे विच कि मां अपने बच्चों तो मां कहावां जिहड़े मेरे 9 महीने पेट च रह के पैदा होया होया उही मेरा बच्चा हुंदा। सो कई वारी बड़ियां इहो जिहियां साडे आले दुआले कुरीतियां हो जांदियां जां बड़ा कुछ उहनां नूं सुनना पैंदा जिहदे करके कुदरती ओह चीज़ां उहनां दीआं नहीं हो पांदीआं। सो उहदे लई साडे नाल अज बहुत सारीआं जिहड़ियां असीं उहनां दे नाल डॉक्टर साहिब दे नाल गल्लां बातां करांगे। सो ਸਾਡੇ ਨਾਲ ਅੱਜ ਜਿਹੜੇ ਸਾਡੇ ਸਟੂਡੀਓ 'ਚ ਮੌਜੂਦ ਨੇ ਮਾਹਿਰ ਡਾਕਟਰ ਜਸਵੀਰ ਹਸਪੀਟਲ ਤੋਂ ਆਸ਼ੂਦੀਪ ਜੀ। ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ। ਥੈਂਕ ਯੂ, ਨਮਸਕਾਰ ਤੁਹਾਨੂੰ ਸਾਰਿਆਂ ਨੂੰ ਤੇ ਦਰਸ਼ਕਾਂ ਨੂੰ ਵੀ ਨਮਸਕਾਰ ਜੀ। ਸਰ ਸਵਾਲਾਂ ਦੇ ਸਿਲਸਿਲੇ ਤੋਂ ਪਹਿਲਾਂ ਤਾਂ ਇਹ ਗੱਲ ਮੈਂ ਪਹਿਲਾਂ ਵੀ ਕਹੀ ਹੈ ਕਿ ਹਰ ਇੱਕ ਕੁੜੀ ਦਾ ਇੱਕ ਡ੍ਰੀਮ ਹੁੰਦਾ ਆ, ਪਰ ਜਦੋਂ ਉਹਦੇ ਨਾਲ ਬਾਜਪਨ ਲੱਗ ਜਾਂਦਾ ਤੇ ਉਹਦੇ ਦੌਰਾਨ ਉਹਨੂੰ ਵੀ ਬੜਾ ਦੁੱਖ ਲੱਗਦਾ ਵੀ ਉਹਨੂੰ ਆਹ ਸ਼ਬਦ ਦੇ ਨਾਲ ਨਵਾਜਿਆ ਜਾ ਰਿਹਾ ਜਾਂ ਉਹਨੂੰ ਕਿਹਾ ਜਾ ਰਿਹਾ ਵੀ ਔਲਾਦ ਤੋਂ ਵਾਂਝੀ ਹੈ ਇਹ ਤੇ ਉਹਦੇ ਲਈ ਮਤਲਬ ਪਹਿਲਾਂ ਤਾਂ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਵੀ ਬਾਜਪਨ ਹੁੰਦਾ ਕੀ ਹੈ। ਦੇਖੋ ਜੀ, ਇੱਦਾਂ ਹੈਗਾ, ਇਹ ਡੈਫੀਨੇਟਲੀ ਤੁਹਾਡੀ ਗੱਲ ਸਹੀ ਹੈ। ਆਪਣੇ ਸਮਾਜ ਨੂੰ ਕਹਿ ਲਓ, ਸਾਡੀ ਸੁਸਾਇਟੀ ਇੱਦਾਂ ਦੀ ਹੈਗੀ ਹੈ, ਇੰਡੀਅਨ ਸੁਸਾਇਟੀ ਕਹਿ ਲਓ, ਪੰਜਾਬੀ ਸੁਸਾਇਟੀ ਕਹਿ ਲਓ, ਇਹ ਡੈਫੀਨੇਟਲੀ ਇੱਕ ਬਹੁਤ ਵੱਡੀ ਵਿਆਹ ਹੋ ਜਾਂਦਾ ਹੈ ਕਪਲ ਤੋਂ ਬਾਅਦ, ਫਿਰ ਐਕਸਪੈਕਟ ਸਾਰੇ ਇਹੀ ਕਰਦੇ ਰਹਿੰਦੇ ਵੀ ਸਾਲ ਤੋਂ ਬਾਅਦ ਉਹ ਨਿਆਣਾ ਆ ਜਾਵੇ। ਪਰ ਕਈ ਚੀਜ਼ਾਂ ਅੱਜ ਕੱਲ੍ਹ ਚੇਂਜ ਕਰ ਗਈਆਂ ਨੇ। ਪਹਿਲੇ ਜ਼ਮਾਨੇ 'ਚ ਹੁੰਦਾ ਸੀ ਸਾਰਾ ਖਾਣਾ ਸ਼ੁੱਧ ਹੁੰਦਾ ਸੀ, ਸਭ ਕੁਛ ਠੀਕ ਹੁੰਦਾ ਸੀਗਾ। ਅੱਜ ਕੱਲ੍ਹ ਜਿਹੜਾ ਹੈਗਾ ਮੋਸਟ ਪ੍ਰੋਬੇਬਲੀ ਜਾਂ ਤਾਂ ਖਾਣ ਪਾਣ ਦੀ ਕਮੀ ਹੈ ਜਾਂ ਇੱਦਾਂ ਹੈਗਾ, ਬਾਂਝਪਨ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈਗਾ। ਪਹਿਲਾਂ ਕਦੀ ਇੰਨਾ ਐਕਸਪੈਕਟ ਹੀ ਨਹੀਂ ਕਰਦੇ ਸੀਗੇ ਲੋਕ, ਕਹਿੰਦੇ ਪੰਜ ਪੰਜ ਬੱਚੇ, ਛੇ ਛੇ ਬੱਚੇ ਵੀ ਹੁੰਦੇ ਸੀਗੇ। ਅੱਜ ਕੱਲ੍ਹ ਇੱਕ ਹੀ ਪੈਦਾ ਕਰਨਾ ਮੁਸ਼ਕਿਲ ਹੋ ਰਿਹਾ ਹੈਗਾ। ਔਰ ਅਸੀਂ ਸਾਡੇ ਕੋਲ ਰੋਜ਼ ਐਵਰੀ ਡੇ ਜਿਹੜੇ ਹੈਗੇ 3-4 ਨਵੇਂ ਪੇਅਰਸ ਆਉਂਦੇ ਆ ਆਪਣੀਆਂ ਪ੍ਰੋਬਲਮਸ ਲੈ ਕੇ। ਅਤੇ ਹੁਣ ਇਹ ਬਾਂਝਪਨ ਅਸੀਂ ਜਨਰਲੀ ਜੋ ਸਾਡੀ ਸਾਇੰਟੀਫਿਕ ਡੈਫੀਨੇਸ਼ਨ ਹੈ, ਮਤਲਬ ਸਾਇੰਟੀਫਿਕ ਕਹਾਵਤ ਹੈ, ਉਹਦੇ 'ਚ ਅਸੀਂ ਕਹਿੰਦੇ ਵੀ ਸਾਲ ਇਕੱਠੇ ਰਹਿਣ ਤੋਂ ਬਾਅਦ ਹਸਬੈਂਡ ਵਾਈਫ ਜਦ ਇਕੱਠੇ ਰਹਿ ਰਹੇ ਹੁੰਦੇ ਔਰ ਬੱਚੇ ਦੀ ਟਰਾਈ ਕਰ ਰਹੇ ਹੁੰਦੇ ਆ, ਅਗਰ ਬੱਚਾ ਨਾ ਹੋਏ ਤਾਂ ਅਸੀਂ ਉਹਨੂੰ ਐਜ਼ ਇਨਫਰਟੀਲਿਟੀ ਬਾਂਝਪਨ ਕਲਾਸੀਫਾਈ ਕਰ ਦੇਈਦਾ ਹੈਗਾ। ਅਤੇ ਅਸੀਂ ਡੈਫੀਨੇਟਲੀ ਲੋਕਾਂ ਨੂੰ 1-1.5 ਸਾਲ ਦਾ ਟਾਈਮ ਦੇ ਦਿੱਤਾ। ਕਈ ਵਾਰੀ ਆਪ ਚਾਹੁੰਦੇ ਵੀ ਨਹੀਂ ਔਲਾਦ ਪੈਦਾ ਵੀ ਨਹੀਂ ਕਰਨਾ ਚਾਹੁੰਦੇ, ਆਸ ਪਾਸ ਵਾਲਿਆਂ ਨੂੰ ਦਿਖਾਉਣ ਲਈ ਕਰਨੇ ਵੀ ਹਾਂ ਕਰ ਰਹੇ ਹੈਗੇ ਹਾਂ, ਅਤੇ ਡੈਫੀਨੇਟਲੀ ਉਹ ਸਾਰੀਆਂ ਗੱਲਾਂ ਪਰਫੈਕਟ ਕਰਕੇ ਫਿਰ ਹੀ ਅੱਗੇ ਚੱਲੀਦਾ, ਫਿਰ ਹੀ ਉਹਨਾਂ ਨੂੰ ਦੱਸੀਦਾ ਵੀ ਹਾਂ ਇਨਫਰਟੀਲਿਟੀ ਹੈ, ਕੋਈ ਪ੍ਰੋਬਲਮ ਹੈ ਤਾਂ ਉਹਨੂੰ ਪ੍ਰੋਬਲਮ ਲੱਭੀ ਹੈ ਜਿਹੜੀ ਹੈਗੀ ਜੀ। ਕਿ ਕਿਉਂਕਿ ਜ਼ਿਆਦਾਤਰ ਜਦੋਂ ਅਸੀਂ ਦੇਖਿਆ ਜਾਂਦਾ ਆਪਣੇ ਸਮਾਜ ਦੇ ਵਿੱਚ ਵੀ ਦੇਖਦੇ ਹਾਂ ਅਤੇ ਔਰਤ 'ਤੇ ਲਾਲਸ਼ਣ ਜਿਹੜੇ ਲਗਾਏ ਜਾਂਦੇ ਵੀ ਸ਼ਾਇਦ ਇਹਦੇ 'ਚ ਹੀ ਕੋਈ ਪ੍ਰੋਬਲਮ ਹੋਊਗੀ, ਕਿ ਔਰਤ 'ਚ ਹੀ ਇਕੱਲੀ ਪ੍ਰੋਬਲਮ ਹੁੰਦੀ ਹੈ ਜਾਂ ਮਰਦ 'ਚ ਵੀ ਹੁੰਦੀ ਹੈ। ਦੇਖੋ ਜੀ, ਇੱਦਾਂ ਹੈਗਾ, ਜਨਰਲੀ ਅਸੀਂ ਜਦ ਟ੍ਰੀਟ ਕਰਦੇ ਪੇਅਰਸ ਨੂੰ, ਅਸੀਂ ਤਾਂ ਪਹਿਲਾਂ ਉਹਨਾਂ ਨੂੰ ਜੋੜਿਆਂ ਨੂੰ ਇਹੀ ਸਮਝਾਈਦਾ ਹੈਗਾ, ਟ੍ਰੀਟਮੈਂਟ ਹੋਏਗਾ ਤਾਂ ਦੋਨਾਂ ਦਾ ਹੋਏਗਾ, ਟੈਸਟ ਹੋਣਗੇ ਦੋਨਾਂ ਦੇ ਹੋਣਗੇ। ਕਿਉਂਕਿ ਅੱਜ ਕੱਲ੍ਹ ਜੋ ਦੇਖਣ 'ਚ ਆ ਰਿਹਾ ਹੈਗਾ ਮੇਲ ਇਨਫਰਟਿਲਿਟੀ, ਮਤਲਬ ਜਿਹੜਾ ਮਰਦਾਨਾ ਬਾਂਝਪਨ ਹੈਗਾ, ਉਹ ਜ਼ਿਆਦਾ ਵੱਡਾ ਰੋਲ ਪਲੇ ਕਰ ਰਿਹਾ ਹੈਗਾ। ਅਤੇ ਇਹ ਬਿਲਕੁਲ ਗਲਤ ਗੱਲ ਹੈ, ਗਲਤ ਸਾਡੀ ਸੁਸਾਇਟੀ ਦੀ ਸੋਚ ਹੈ ਕਿ ਸਾਰਾ ਕੁਛ ਔਰਤ ਦਾ ਕਸੂਰ ਹੈ। ਉਲਟਾ ਮੈਕਸੀਮਮ ਟਾਈਮਸ ਅਸੀਂ ਦੇਖਿਆ ਹੈਗਾ ਵੀ ਮਰਦਾਂ ਦਾ ਜ਼ਿਆਦਾ ਕਸੂਰ ਨਿਕਲ ਰਿਹਾ ਹੈਗਾ। ਕਿਹੜੀਆਂ ਇਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ ਮਰਦਾਂ ਦੇ ਵਿੱਚ ਕਿ ਜਿੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਸਮਰਥ ਨਹੀਂ ਹੈਗਾ ਬੱਚਾ ਹੁੰਦੇ? ਦੇਖੋ ਜੀ, 1-2 ਸਾਲ ਤੋਂ ਅਗਰ ਟਰਾਈ ਕਰ ਰਹੇ ਹੈਗੇ ਵਿਦਾਊਟ ਐਨੀ ਪ੍ਰੋਟੈਕਸ਼ਨ ਟਰਾਈ ਕਰ ਰਹੇ ਔਰ ਫਿਰ ਵੀ ਬੱਚਾ ਨਹੀਂ ਹਾਸਿਲ ਹੋ ਰਿਹਾ, ਇਹਦਾ ਮਤਲਬ ਕੁਛ ਨਾ ਕੁਛ ਪ੍ਰੋਬਲਮ ਹੈਗੀ। ਹੁਣ ਆਪਾਂ ਮਰਦਾਂ ਦੀ ਪ੍ਰੋਬਲਮ ਪਹਿਲਾਂ ਲੈ ਲਈਏ, ਮਰਦਾਂ 'ਚ ਪਹਿਲੀ ਗੱਲ ਤਾਂ ਸ਼ੁਕਰਾਣੂ, ਮਰਦਾਂ ਦਾ ਇੱਕੋ ਹੀ ਕੰਮ ਮੇਨ ਕੰਮ ਹੁੰਦਾ ਸ਼ੁਕਰਾਣੂ ਦੇਣੇ, ਬਾਕੀ ਸਾਰਾ ਹੀ ਜਿੰਨਾ ਅਸੀਂ ਔਰਤਾਂ 'ਤੇ ਲਾਂਛਣ ਲਾਈਦਾ ਹੈਗਾ ਓਨਾ ਹੀ ਜ਼ਿਆਦਾ ਕੰਮ ਔਰਤਾਂ ਦਾ ਹੈ ਇਸ ਕੰਮ ਵਿੱਚ। ਅਤੇ ਇਹਨਾਂ ਦੇ ਅਤੇ ਮਰਦਾਂ ਦੇ ਅਤੇ ਪਹਿਲਾਂ ਅਸੀਂ ਕਰੀਦੇ ਸ਼ੁਕਰਾਣੂ ਟੈਸਟ ਹੈਗੇ, ਹੋਰ ਕੁਛ ਕਰੀਦਾ ਵੀ ਨਹੀਂ, ਸਾਨੂੰ ਜ਼ਰੂਰਤ ਵੀ ਨਹੀਂ ਹੋਰ ਕਿਸੇ ਚੀਜ਼ ਦੀ ਹੁੰਦੀ ਹੈਗੀ। ਜਨਰਲੀ ਕੀ ਹੁੰਦਾ, ਕਿਸੇ ਕਿਸੇ ਟਾਈਮ 'ਤੇ ਸ਼ੁਕਰਾਣੂ ਬਹੁਤ ਘੱਟ ਹੁੰਦੇ ਹੈਗੇ, ਪਹਿਲਾਂ ਇਹ ਹੋ ਸਕਦਾ ਹੈਗਾ। ਦੂਜਾ ਗੱਲ ਹੋ ਸਕਦੀ ਹੈ ਕਿ ਸ਼ੁਕਰਾਣੂ ਨਾ ਹੀ ਹੋਣ, ਇਹ ਜਿਹਨੂੰ ਆਪਾਂ ਐਜ਼ੋਸਪਰਮੀਆ ਕਹਿ ਦਈਦਾ ਹੈਗਾ। ਤੀਜੀ ਗੱਲ ਹੁੰਦੀ ਸ਼ੁਕਰਾਣੂ ਹੈਗੇ ਆ ਪਰ ਮਰੇ ਹੋਏ ਜ਼ਿਆਦਾ ਹੈਗੇ ਆ, ਸ਼ੁਕਰਾਣੂ ਸਹੀ ਫੋਰਮ ਦੇ ਨਹੀਂ ਆ, ਉਹਨੂੰ ਟੈਰੇਟੋ ਐਜ਼ੋਸਪਰਮੀਆ ਕਹਿ ਦਈਦਾ ਹੈਗਾ। ਇੱਦਾਂ ਹੀ ਹੁੰਦਾ ਹੈਗਾ ਕਿ ਜਿਹੜੇ ਕਈ ਕਿਸੇ ਕਿਸੇ ਵਿੱਚ ਕੀ ਹੁੰਦਾ ਹੈਗਾ, ਸ਼ੁਕਰਾਣੂ ਹੁੰਦੇ ਵੀ ਆ ਪਰ ਬਹੁਤ ਹੌਲੀ ਹੁੰਦੇ, ਬਹੁਤ ਸੁਸਤ ਹੁੰਦੇ ਆ, ਉਹਨੂੰ ਓਲੀਗੋਸਥੈਨੋਸਪਰਮੀਆ ਵੀ ਕਹਿ ਦਈਦਾ ਹੈਗਾ। ਇਹ ਅਲੱਗ ਅਲੱਗ ਫੋਰਮਸ ਨੇ ਸ਼ੁਕਰਾਣੂ ਦੀ ਡਿਜ਼ੀਜ਼ ਦੀਆਂ। ਪਹਿਲੀ ਗੱਲ ਤਾਂ ਮਰਦਾਂ 'ਚ ਇਹੀ ਦੇਖਿਆ ਜਾਂਦਾ ਹੈ ਵੀ ਸ਼ੁਕਰਾਣੂ ਹੈ ਕਿ ਨਹੀਂ ਹੈ, ਉਹਨਾਂ ਦੀ ਕੁਆਂਟਿਟੀ, ਉਹਨਾਂ ਦੀ ਮਾਤਰਾ ਜਿਹੜੀ ਆਪਾਂ ਨੂੰ ਚਾਹੀਦੀ ਹੈ ਬੱਚਾ ਲੱਗਣ ਲਈ, ਉਨੀ ਹੈ ਕਿ ਹੈ ਨਹੀਂ, ਅਤੇ ਉਹ ਜਿਹੜੇ ਸਵਸਥ ਔਰ ਤੰਦਰੁਸਤ ਸ਼ੁਕਰਾਣੂ ਹੈ ਕਿ ਨਹੀਂ ਹੈ, ਇਹ ਮਰਦਾਂ ਵਿੱਚ ਮੇਨ ਅਸੀਂ ਗੱਲ ਚੈੱਕ ਕਰੀਦੀ ਹੈਗੀ ਹੈ ਜੀ। ਡਾਕਟਰ ਸਾਹਿਬ, ਕੀ
ਮਤਲਬ ਮੇਲ ਨੂੰ ਪਹਿਲਾਂ ਵੀ ਟੈਸਟ ਕਰਾ ਲੈਣਾ ਚਾਹੀਦਾ ਜਾਂ ਮੈਰਿਡ ਲਾਈਫ ਤੋਂ ਬਾਅਦ ਹੀ ਕਰਵਾ ਸਕਦਾ? ਦੇਖੋ ਇਦਾਂ ਹੈਗਾ, ਅੱਜ ਕੱਲ ਦੇ ਸਮਾਜ ਵਿੱਚ ਮਿਡਲ ਕਲਾਸ ਦੇ ਜਨਰਲੀ ਖਾਣ ਪਾਣ ਠੀਕ ਹੀ ਹੁੰਦਾ ਹੈਗਾ ਘਰਾਂ ਵਿੱਚ। ਇਹ ਸਾਰਾ ਕੁਝ ਡਿਪੈਂਡ ਕਰਦਾ ਖਾਣ ਪਾਣ ਤੋਂ ਵੀ, ਬਿਮਾਰੀਆਂ ਦਾ ਇਲਾਜ ਵੀ ਅੱਜ ਕੱਲ ਜਨਰਲੀ ਲੋਕ ਜ਼ਿਆਦਾ ਦੇਰ ਸੋਚਦੇ ਨਹੀਂ ਆ ਇਲਾਜ ਕਰਾਉਣ ਤੋਂ ਪਹਿਲਾਂ। ਪਹਿਲਾਂ ਪਹਿਲੇ ਜ਼ਮਾਨੇ 'ਚ ਘਰ ਹੀ ਲੈ ਕੇ ਬੈਠੇ ਰਹਿੰਦੇ ਸੀ, ਉਹਨਾਂ ਕਰਕੇ ਸ਼ੁਕਰਾਨਾ ਵਿੱਚ ਘਾਟ ਵਗੈਰਾ ਹੋ ਜਾਂਦੀ ਸੀ। ਮੇਰੇ ਵਿਚਾਰ ਵਿੱਚ ਪਹਿਲਾਂ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਇੰਨਾ ਟੈਨਸ਼ਨ ਲੈਣੀ ਔਰ ਫਿਰ ਸੋਚਦੇ ਰਹਿਣਾ ਉਹਦੇ ਬਾਰੇ, ਇਹ ਬਾਅਦ 'ਚ ਹੀ ਬੈਟਰ ਹੈਗਾ। ਵਿਆਹ ਕਰਕੇ ਪਹਿਲਾਂ ਆਪ ਹੀ ਚੈੱਕ ਕਰੋ, ਆਪ ਹੀ ਤੁਸੀਂ ਕਰੋ ਵੀ ਤੁਹਾਡੇ ਕੋਲ ਸਭ ਠੀਕ ਹੋ ਰਿਹਾ ਤਾਂ ਠੀਕ ਹੈ, ਨਹੀਂ ਤਾਂ ਫਿਰ ਉਸ ਤੋਂ ਬਾਅਦ ਚੈੱਕ ਕੀਤਾ ਜਾਵੇ। ਜੀ ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਕਿ ਜਦੋਂ ਮੇਲ ਨੂੰ ਪ੍ਰੋਬਲਮ ਹੁੰਦੀ ਹੈ ਤੇ ਮੇਲ ਦੇ ਦਿਮਾਗ ਦੇ ਵਿੱਚ ਇਹ ਗੱਲ ਸੈਟਅਪ ਹੁੰਦੀ ਹੈ ਕਿ ਮੈਂ ਕਿਸੇ ਦੇ ਨਾਲ ਇਹ ਗੱਲ ਸਾਂਝੀ ਨਾ ਕਰਾਂ ਕਿਉਂਕਿ ਮੇਰੀ ਨਹੀਂ ਤਾਂ ਮਰਦਾਨਗੀ ਤੇ ਸਵਾਲ ਖੜੇ ਹੋਣਗੇ। ਹਾਂਜੀ ਹਾਂਜੀ। ਕੀ ਲੱਗਦਾ ਕਿ ਉਹਨਾਂ ਨੂੰ ਇਹ ਜਲਦ ਤੋਂ ਜਲਦ ਡਾਕਟਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਪ੍ਰੋਬਲਮ ਤੋਂ ਛੁਟਕਾਰਾ ਪਾਇਆ ਜਾ ਸਕੇ? ਦੇਖੋ ਇਦਾਂ ਹੈਗਾ, ਇਹ ਸਾਡੇ ਕੁਝ ਸੋਸਾਇਟੀ ਦੀਆਂ, ਸਾਡੇ ਸਮਾਜ ਦੀਆਂ ਕੁਝ ਗਲਤ ਫਹਿਮੀਆਂ ਨੇ, ਔਰ ਤੁਹਾਡੀ ਗੱਲ ਠੀਕ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈ। ਮੇਲਸ ਜਨਰਲੀ ਸਾਨੂੰ ਹੋਸਪਿਟਲ 'ਚ ਵੀ ਆਉਂਦੇ ਆ ਜਾਂ ਕਲੀਨਿਕ 'ਚ ਆਉਂਦੇ ਹੈਗੇ, ਪਹਿਲਾਂ ਇਹੀ ਕਹਿੰਦੇ ਜੀ ਡਾਕਟਰ ਸਾਹਿਬ ਦੇਖਿਓ ਮੇਰੀ ਕੋਈ ਤਕਲੀਫ ਹੋਈ ਤਾਂ ਦੱਸਣਾ ਨਾ ਕਿਸੇ ਨੂੰ। ਹੁਣ ਔਰ ਪ੍ਰੋਬਲਮ ਅਗਰ ਉਹਦੇ ਵਿੱਚ ਹੀ ਹੈਗੀ ਹੈ ਤਾਂ ਕਿੱਦਾਂ ਤੁਸੀਂ ਝੂਠ ਬੋਲ ਸਕਦੇ ਹੈਗੇ ਹੋ? ਸੋ ਇਹ ਬੜੀ ਦੇਖਣ ਵਾਲੀ ਗੱਲ ਹੈ, ਪਰ ਮੇਰੇ ਵਿਚਾਰ ਵਿੱਚ ਅਗਰ ਤੁਹਾਨੂੰ ਬੱਚਾ ਚਾਹੀਦਾ, ਡੈਫੀਨੇਟਲੀ ਅਗਰ ਤੁਸੀਂ ਫੈਮਿਲੀ ਆਪਣੀ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹਨਾਂ ਗਲਤ ਫਹਿਮੀਆਂ 'ਚ ਨਾ ਰਹੀਏ, ਕਿਉਂਕਿ ਅੱਜ ਕੱਲ੍ਹ ਔਰਤਾਂ ਵੀ ਓਨਾ ਹੀ ਕੰਮ ਕਰਦੀਆਂ ਜਿੰਨਾ ਜ਼ਿਆਦਾ, ਮੈਂ ਤਾਂ ਉਲਟਾ ਕਹਿੰਦਾ ਮਰਦਾਂ ਨਾਲੋਂ ਜ਼ਿਆਦਾ ਹੀ ਕੰਮ ਕਰਦੀਆਂ ਨੇ ਔਰਤਾਂ। ਸੋ ਇਸ ਕਰਕੇ ਜਿਹੜਾ ਹੈਗਾ, ਮਰਦ ਆਪਣੇ ਆਪ ਨੂੰ ਮਰਦ ਹੈ ਕਹਿੰਦੇ ਆ ਤਾਂ ਉਹਨਾਂ ਨੂੰ ਡਰ ਨਹੀਂ ਲੱਗਣਾ ਚਾਹੀਦਾ ਇਸ ਗੱਲ ਨੂੰ ਕਬੂਲ ਕਰਦੇ ਵੀ ਉਹਨਾਂ ਦੀ ਕੋਈ ਕਮੀ ਹੈ। ਜੀ ਡਾਕਟਰ ਸਾਹਿਬ, ਇਹ ਤਾਂ ਸਿੱਗੀ ਗੱਲ ਕਿ ਮੇਲ ਦੇ ਜਿਹੜੇ ਸ਼ੁਕਰਾਨੂ ਆ ਸਾਰੀ ਉਹਦੇ ਤੇ ਡਿਪੈਂਡ ਹੁੰਦੀ ਆ ਗੱਲ, ਪਰ ਔਰਤਾਂ ਦੇ ਵਿੱਚ ਵੀ ਬੜੀਆਂ ਪ੍ਰੋਬਲਮਸ ਹੁੰਦੀਆਂ, ਉਹ ਕਿਹੜੀਆਂ ਪ੍ਰੋਬਲਮਸ ਹੁੰਦੀਆਂ? ਦੇਖੋ ਔਰਤਾਂ ਦੇ ਵਿੱਚ ਆਪਾਂ ਅਗਰ ਲਈਏ ਤਾਂ ਆਪਾਂ ਇਹਨਾਂ ਨੂੰ ਚਾਰ ਪ੍ਰੋਬਲਮ ਵਿੱਚ ਵੰਡ ਦੇਈਦਾ ਹੈਗਾ, ਜਨਰਲੀ ਅਸੀਂ ਮੈਡੀਕਲੀ ਵੰਡ ਦਿੰਦੇ ਹੈਗੇ ਹਾਂ। ਪਹਿਲੀ ਗੱਲ ਤਾਂ ਅਸੀਂ ਦੇਖੀ ਦੇ ਵੀ ਅੰਡੇ ਦਾਣੀਆਂ ਅੰਡੇ ਠੀਕ ਬਣਾ ਰਹੀਆਂ ਕਿ ਨਹੀਂ ਬਣਾ ਰਹੀਆਂ, ਮਤਲਬ ਅੰਡੇ ਠੀਕ ਬਣਾਉਣ ਦਾ ਮਤਲਬ ਹੈ ਨੋਰਮਲ ਮਾਤਰਾ ਵਿੱਚ 1-2-3 ਮਹੀਨੇ ਦੇ ਜਿੱਦਾਂ ਕੁਦਰਤ ਕਹਿੰਦੀ ਹੈਗੀ, ਔਰ ਤੰਦਰੁਸਤ ਅੰਡੇ ਹੋਣ, ਅੱਛੇ ਅੰਡੇ ਹੋਣ। ਸੈਕਿੰਡ ਅਸੀਂ ਦੇਖੀ ਦੀਆਂ ਟਿਊਬਾਂ, ਟਿਊਬਾਂ ਅਗਰ ਬੰਦ ਹੈ ਜਾਂ ਖੁੱਲੀਆਂ ਹੈ, ਕਿਉਂਕਿ ਅਗਰ ਬੰਦ ਹੋਣਗੀਆਂ ਤਾਂ ਅੰਡੇ ਜਿਸ ਦਿਨ ਬਣਨਗੇ ਬੱਚੇਦਾਨੀ ਦੇ ਅੰਦਰ ਨਹੀਂ ਜਾਣਗੇ, ਅੰਦਰ ਨਹੀਂ ਜਾਣਗੇ ਤਾਂ ਫਰਟੀਲਾਈਜੇਸ਼ਨ ਮਤਲਬ ਭਰੂਣ ਨਹੀਂ ਬਣੇਗਾ। ਥਰਡ ਪ੍ਰੋਬਲਮ ਅਸੀਂ ਦੇਖੀ ਦੀ ਬੱਚੇਦਾਨੀ ਠੀਕ ਹੈ ਕਿ ਨਹੀਂ ਹੈ, ਪਹਿਲੀ ਗੱਲ ਤਾਂ ਨੋਰਮਲ ਸਾਈਜ਼ ਦੀ ਹੈ, ਦੂਜੀ ਗੱਲ ਉਹਦੇ ਵਿੱਚ ਲੇਅਰਸ ਪੂਰੀਆਂ ਨੇ, ਤੀਜੀ ਗੱਲ ਕੋਈ ਫਾਈਬਰੋਇਡ, ਕੋਈ ਮਾਇਓਮਾ, ਕੋਈ ਮਤਲਬ ਕੋਈ ਗਿਲਟੀ ਨਾ ਹੋਵੇ, ਕੋਈ ਰਸੌਲੀ ਨਾ ਹੋਵੇ ਉਹਦੇ ਵਿੱਚ ਜਿਹੜੀ ਹੈਗੀ। ਚੌਥੀ ਗੱਲ ਅਸੀਂ ਦੇਖੀ ਦੀ ਹੈਗੀ ਜਨਰਲ ਜਨਾਈਟਲ ਹੈਲਥ ਹੈਲਦੀਨੈਸ ਦੇਖੀ ਦੀ ਆ ਲੇਡੀਜ਼ ਵਿੱਚ, ਵੀ ਇਨਫੈਕਸ਼ਨ ਤਾਂ ਨਹੀਂ ਹੈਗੀ ਸਰਵਿਕਸ ਵਿੱਚ ਮਤਲਬ ਬੱਚੇਦਾਨੀ ਦੇ ਅੱਗੇ, ਜਾਂ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ ਜਿਸ ਕਰਕੇ ਸ਼ੁਕਰਾਣੂ ਜਾਂ ਪਹੁੰਚ ਨਹੀਂ ਪਾਉਂਦੇ ਉੱਥੇ ਤੱਕ, ਅਗਰ ਪਹੁੰਚਦੇ ਤਾਂ ਅੰਡਿਆਂ ਨਾਲ ਮਿਲ ਨਹੀਂ ਪਾਉਂਦੇ। ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਟਿਊਬਾਂ ਬੰਦ ਹੋ ਜਾਂਦੀਆਂ, ਕਾਰਨ ਕੀ ਹੈ ਕਿ ਉਹ ਬੰਦ ਹੋ ਜਾਂਦੀਆਂ? ਦੇਖੋ ਇੱਦਾਂ ਹੈਗਾ, ਜਨਰਲ ਮੋਸਟ ਆਫ ਦੀ ਟਾਈਮ ਜਿਹੜਾ ਕਾਰਨ ਹੈਗਾ ਉਹ ਇਨਫੈਕਸ਼ਨ ਹੈ। ਜੀ ਅਸੀਂ ਆਪਣਾ ਜਨਰਲ ਹਾਈਜੀਨ ਦਾ ਕਦੀ ਖਿਆਲ ਨਹੀਂ ਰੱਖਦੇ, ਉਹਦੇ ਕਰਕੇ ਹੋ ਜਾਂਦੀ ਹੈ, ਬਾਹਰੋਂ ਇਨਫੈਕਸ਼ਨ ਆ ਜਾਂਦੀ ਹੈਗੀ ਹੈ, ਉਹਦੇ ਕਰਕੇ ਕੀ ਹੁੰਦੀ ਹੈ ਵੀ ਹੌਲੀ ਹੌਲੀ ਵੱਧਦੇ 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 ਟਿਊਬਾਂ ਜੁੜ ਜਾਂਦੀਆਂ ਹੈਗੀਆਂ ਆਪਸ ਵਿੱਚ, ਉਹ ਖੁੱਲਦੀਆਂ ਨਹੀਂ ਔਰ ਫਿਰ ਉਸ ਤੋਂ ਬਾਅਦ ਬਲੌਕ ਹੋ ਜਾਂਦੀਆਂ ਹੈਗੀਆਂ। ਜੀ ਮੇਨ ਕਾਰਨ ਇਨਫੈਕਸ਼ਨ ਹੀ ਹੈ, ਵਨ ਆਫ ਦੀ ਮੇਨ ਜਿਹੜਾ ਹੈਗਾ। ਹਾਂਜੀ ਤੇ ਇਹਨਾਂ ਨੂੰ ਮਤਲਬ ਜਿਹੜੀ ਲੇਡੀਜ਼ ਆ, ਜਦੋਂ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਕਈ ਵਾਰੀ ਨਹੀਂ ਪਤਾ ਲੱਗਦੀ, ਹਾਂਜੀ ਹਾਂਜੀ, ਤੇ ਉਹਦੇ ਦੌਰਾਨ ਉਹਦੇ ਕੀ ਲੱਛਣ ਹੈ ਕਿ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਤੇ ਉਹ ਫਿਰ ਡਾਕਟਰ ਦੇ ਨਾਲ ਜਾ ਕੇ ਤਾਲਮੇਲ ਕਰ? ਲੱਛਣ ਤੇ ਇਹਦੇ 'ਚ ਇਹੀ ਹੈ ਜੀ, ਜਦੋਂ ਬੱਚਾ ਦੀ ਚਾਹ ਕਰੇਗੀ ਔਰ ਬੱਚਾ ਨਹੀਂ ਹੋ ਰਿਹਾ ਹੋਏਗਾ, ਉਹ ਤਦ ਹੀ ਡਾਕਟਰ ਕੋਲ ਪਹੁੰਚਦੀ, ਅਦਰਵਾਈਜ਼ ਤੁਹਾਨੂੰ ਨਹੀਂ ਪਤਾ ਚੱਲਦਾ ਵੀ ਤੁਹਾਡੀ ਟਿਊਬਸ ਖੁੱਲੀਆਂ ਕਿ ਬੰਦ ਹੈਗੀਆਂ। ਜੀ ਤੋ ਇਸ ਲਈ ਜਦ ਡੈਫੀਨੇਟਲੀ 1-1.5 ਸਾਲ ਬਾਅਦ ਇਕੱਠੇ ਰਹਿਣ ਦੇ ਬਾਅਦ ਹਸਬੈਂਡ ਦੇ ਨਾਲ ਨਹੀਂ ਹੋ ਰਿਹਾ ਬੱਚਾ, ਤੇ ਫਿਰ ਜਦ ਪਹੁੰਚਦੀਆਂ ਨੇ ਲੇਡੀਜ਼ ਉਸੇ ਵੇਲੇ ਡਿਸਕਵਰ ਹੁੰਦਾ ਵੀ ਉਹਨਾਂ ਨੂੰ ਇਹ ਪ੍ਰੋਬਲਮ, ਕਿਹੜੀ ਪ੍ਰੋਬਲਮ, ਟਿਊਬਾਂ ਬੰਦ ਨੇ ਜਾਂ ਅੰਡੇ ਦਾਣੀਆਂ ਠੀਕ ਅੰਡੇ ਨਹੀਂ ਬਣਾ ਰਹੀਆਂ ਜਾਂ ਬੱਚੇ ਦਾਣੀ 'ਚ ਕੋਈ ਪ੍ਰੋਬਲਮ ਹੈ। ਦੋਨਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ, ਪਰ ਉਹਦੇ ਦੌਰਾਨ ਇਲਾਜ ਕੀ ਹੈ ਇਹਦਾ? ਦੇਖੋ ਇਹਦਾ ਇਲਾਜ ਬੜਾ ਸਿੰਪਲ ਜਿਹਾ ਇਲਾਜ ਹੈ, ਪਹਿਲਾਂ ਤਾਂ ਅਸੀਂ ਇਹ ਦੇਖੀਏ ਵੀ ਪ੍ਰੋਬਲਮ ਕਿੱਥੇ ਆ ਰਹੀ ਹੈ। ਹੁਣ ਜਿੱਦਾਂ ਅੰਡੇ ਦਾਣੀਆਂ ਵਿੱਚ ਪ੍ਰੋਬਲਮ ਹੈਗੀ, ਅੰਡੇ ਦਾਣੀਆਂ 'ਚ ਪ੍ਰੋਬਲਮ PCOD ਅੱਜ ਕੱਲ੍ਹ ਬਹੁਤ, ਤੁਸੀਂ ਵੀ ਸੁਣਿਆ ਹੋਣਾ ਹੈਗਾ ਇੰਟਰਨੈਟ 'ਤੇ, ਮੀਡੀਆ 'ਤੇ, ਹਰ ਜਗ੍ਹਾ PCOD ਕਹਿੰਦੇ ਹੈਗੇ, ਪਰ ਲੋਕਾਂ ਨੂੰ ਸਮਝ ਘੱਟ ਆਉਂਦੀ ਵੀ PCOD ਹੁੰਦਾ ਕੀ ਹੈ। PCOD 'ਚ ਕੀ ਹੁੰਦਾ ਹੈਗਾ, ਅੰਡੇ ਦਾਣੀਆਂ ਫੁੱਲ ਜਾਂਦੀਆਂ ਔਰ ਜ਼ਰੂਰਤ ਤੋਂ ਜ਼ਿਆਦਾ ਅੰਡੇ ਬਣਾਉਂਦੀਆਂ ਨੇ। ਹੁਣ ਜਿੰਨਾ ਜ਼ਿਆਦਾ ਤੁਸੀਂ ਇੱਕ ਅੰਡੇ ਨੂੰ, ਇੱਕ ਚੀਜ਼ ਨੂੰ ਕੱਟ ਕੇ ਉਹਦੀ 2 ਚੀਜ਼ਾਂ ਬਣਾਓਗੇ ਜਾਂ 4 ਬਣਾਓਗੇ, ਉਹ ਜਿੰਨੀਆਂ ਜ਼ਿਆਦਾ ਹੋਣਗੀਆਂ ਉਨੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ, ਅਤੇ ਇਸ ਲਈ ਓਵਰੀਜ਼ ਜਿਹੜੀਆਂ ਅੰਡੇ ਦਾਣੀਆਂ ਨੇ ਜਦ 2-4 ਦੀ ਜਗ੍ਹਾ 10-10 ਅੰਡੇ ਬਣਾਉਣ ਇੱਕ ਮਹੀਨੇ ਵਿੱਚ, ਉਹ ਮਤਲਬ ਸਾਰੇ ਤਾਕਤਵਰ ਨਹੀਂ ਹੋਣਗੇ, ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਅਸੀਂ ਫਰਟੀਲਾਈਜੇਸ਼ਨ ਲਈ, ਭਰੂਣ ਬਣਾਉਣ ਲਈ। ਇਸ ਲਈ ਪਹਿਲੀ ਗੱਲ ਤਾਂ ਅੰਡੇ ਦਾਣੀਆਂ ਠੀਕ ਕੰਮ ਕਰਨੀਆਂ ਚਾਹੀਦੀਆਂ। ਹੁਣ PCOD ਹੁੰਦਾ ਕਿਉਂ? PCOD ਹੁੰਦਾ ਹੈ ਕਿ ਗਲਤ ਖਾਣ ਪੀਣ ਕਰਕੇ, ਐਕਸਰਸਾਈਜ਼ ਨਹੀਂ ਕਰਨੀ,
ਦੀ ਪ੍ਰੋਬਲਮ ਆ ਜਾਂਦੀ ਹੈਗੀ ਹੈ, ਹਾਰਮੋਨਸ ਉੱਪਰ ਥੱਲੇ ਹੋ ਜਾਂਦੇ ਇਹਦੇ 'ਚ। ਆਪਾਂ ਬੜੀ ਵਾਰੀ ਨੈੱਟ 'ਤੇ ਦੇਖਦੇ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈਗੀ ਆ, ਉਹ ਵੀ ਇਸੇ ਕਰਕੇ ਬੈਠਣ ਕਰਕੇ, ਅਨਹੈਲਦੀ ਲਾਈਫ ਸਟਾਈਲ ਕਰਕੇ, ਬਾਜ਼ਾਰ ਦਾ ਖਾਣਾ ਜ਼ਿਆਦਾ ਖਾਣਾ, ਜਿਹਨੂੰ ਆਪਾਂ ਜੰਕ ਫੂਡ ਕਹਿ ਦੇਈਦਾ ਹੋ ਗਏ ਹੈਗਾ, ਉਹ ਸਾਡੇ ਮਸਾਲੇ ਵੀ ਵੈਸੇ ਕੁਦਰਤੀ ਅਸੀਂ ਜ਼ਿਆਦਾ ਖਾਂਦੇ ਹਾਂ ਲੋਕ ਜਿਹੜੇ ਹੈਗੇ ਆ, ਉਹਨਾਂ ਸਭ ਦੇ ਕਾਰਨ ਇਹ PCOD ਹੁੰਦੀ, ਫਿਰ ਅੰਡਿਆਂ ਦੀ ਖਰਾਬੀ ਆ ਜਾਂਦੀ ਹੈ। ਇਨਫੈਕਸ਼ਨ ਹੋ ਗਈ ਜਿਹਦੇ ਕਾਰਨ ਟਿਊਬਾਂ ਬੰਦ ਹੋ ਜਾਂਦੀਆਂ ਹੈਗੀਆਂ, ਰਸੌਲੀਆਂ ਹੋ ਜਾਂਦੀਆਂ ਹੈਗੀਆਂ, ਇਹ ਬੱਚੇਦਾਨੀ ਵਿੱਚ ਰਸੌਲੀਆਂ ਹੋ ਜਾਂਦੀਆਂ, ਇਹ ਵੀ ਇਨਫੈਕਸ਼ਨ ਕਰਕੇ ਵੀ ਹੁੰਦੀਆਂ ਹੈਗੀਆਂ। ਫਿਰ ਤੁਹਾਡੀ ਬੱਚੇਦਾਨੀ ਦੇ ਹਾਰਮੋਨਲ ਫੰਕਸ਼ਨ ਠੀਕ ਨਹੀਂ ਹੁੰਦੇ, ਉਹਦੇ ਕਰਕੇ ਬੱਚੇਦਾਨੀ ਆਸ ਪਾਸ ਸਾਰਾ ਕੁਝ ਚਿਪਕ ਜਾਂਦਾ ਹੈਗਾ ਟਿਊਬਾਂ ਦੇ ਨਾਲ, ਔਰ ਆਪਣਾ ਅੱਗੇ ਤੋਂ ਜਿਹੜਾ ਪ੍ਰੋਸੈਸ ਹੁੰਦਾ ਹੈਗਾ, ਜਿਹੜਾ ਰੱਬ ਦਾ ਬਣਾਇਆ ਉਹ ਪ੍ਰੋਸੈਸ ਹੈ ਕਿ ਵੀ ਅੰਡਾ ਨਿਕਲੇਗਾ, ਬੱਚੇਦਾਨੀ ਜਾਏਗਾ, ਉਹ ਪਹੁੰਚਦਾ ਹੀ ਨਹੀਂ ਹੈਗਾ ਬੱਚੇਦਾਨੀ ਵਿੱਚ। ਜਦ ਨਹੀਂ ਪਹੁੰਚੇਗਾ ਤੇ ਫਿਰ ਨੈਚੁਰਲੀ ਇਨਫਰਟਿਲਿਟੀ ਉਹਦਾ ਰਿਜ਼ਲਟ ਬਾਂਝਪਣੀ ਹੋਏਗਾ ਜੀ। ਇਹ ਸਾਡੇ ਕਈ ਵਾਰੀ ਜਿਹੜੇ ਸਾਡੇ ਦਰਸ਼ਕ ਦੇਖਦੇ ਹੋਣਗੇ, ਜੇ ਉਹਨਾਂ ਚੋਂ ਪਰਮਾਤਮਾ ਨਾ ਕਰੇ ਉਹ ਜੀ ਪ੍ਰੋਬਲਮ ਕਿਸੇ ਚ ਹੋਵੇ, ਹਾਂਜੀ ਹਾਂਜੀ, ਜੇ ਹੁੰਦੀ ਹੈ ਤੇ ਉਹ ਘਬਰਾ ਜਾਂਦੇ ਤੇ ਡਾਕਟਰ ਦੇ ਕੋਲ ਹੀ ਨਹੀਂ ਆਉਂਦੇ, ਤੇ ਇਹ ਉਹਨਾਂ ਨੂੰ ਦੱਸੋ ਕਿ ਉਹ ਦੇਖੋ ਕੁਛ ਚੀਜ਼ਾਂ ਦਾ ਅਸੀਂ ਇਲਾਜ ਟੈਬਲੇਟਸ ਨਾਲ ਕਰ ਦੇਈਦਾ ਹੈਗਾ, ਡਿਪੈਂਡ ਕਰਦਾ ਤੁਹਾਡੀ ਕਿੰਨੀ ਮਾਤਰਾ ਟ੍ਰਬਲ, ਜ਼ਰੂਰੀ ਨਹੀਂ ਸਾਰਿਆਂ ਨੂੰ ਕੋਈ ਨਾ ਕੋਈ ਆਪਰੇਸ਼ਨ ਕਰਾਉਣਾ ਪਏਗਾ ਜਾਂ ਪ੍ਰੋਸੀਜਰ, ਇਹ ਗਲਤ ਫਹਿਮੀ ਹੈ ਵੀ ਅਸੀਂ ਹਸਪਤਾਲ ਪਹੁੰਚੇ ਨਹੀਂ ਤਾਂ ਸਾਡਾ ਆਪਰੇਸ਼ਨ ਕਰਤਾ। ਲੇਟੈਸਟ ਦਵਾਈਆਂ ਆ ਗਈਆਂ ਅੱਜ ਕੱਲ੍ਹ, ਅੰਡੇ ਬਣਾਉਣ ਦੀਆਂ ਦਵਾਈਆਂ ਆ ਗਈਆਂ ਨੇ, ਅਤੇ ਮੇਰਾ ਵਿਚਾਰ ਇਹ ਹੈਗਾ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਆਪਣਾ ਐਂਡ ਗੋਲ ਹੈ ਵੀ ਸਾਨੂੰ ਔਲਾਦ ਚਾਹੀਦੀ ਹੈ, ਸੰਤਾਨ ਚਾਹੀਦੀ ਹੈਗੀ ਹੈ, ਅਤੇ ਆਪਾਂ ਬੈਟਰ ਹੈ ਬਜਾਏ ਘਬਰਾਉਣ ਦੇ ਉਹੀ ਤਾਕਤ ਆਪਣੀ ਉਹਨੂੰ ਕਾਮਯਾਬ, ਆਪਣੇ ਐਂਡ ਗੋਲ ਨੂੰ ਕਾਮਯਾਬ ਕਰਨ 'ਤੇ ਲਾਈਏ, ਔਰ ਅੱਛੇ ਡਾਕਟਰ ਦੀ ਅੱਛੀ ਸਲਾਹ ਲਓ ਜਿਹੜਾ ਇਸ ਸਫੇਅਰ 'ਚ ਹੋਵੇ। ਜਨਰਲ ਡਾਕਟਰ ਦੀ ਨਹੀਂ, ਮੈਂ ਕਹਿੰਦਾ ਜਿਹੜਾ ਇਸ ਸਫੇਅਰ 'ਚ ਇਨਫਰਟਿਲਿਟੀ ਬਾਂਝ ਬੰਦੇ ਸਫੇਅਰ 'ਚ ਕੰਮ ਕਰ ਰਿਹਾ ਹੋਵੇ, ਡੈਫੀਨੇਟਲੀ ਅੱਛੀ ਸਲਾਹ ਦੇਗਾ, ਸਿਰਫ ਜ਼ਰੂਰੀ ਨਹੀਂ ਵੀ ਆਪਰੇਸ਼ਨ ਕਰਨਾ ਕਹੇਗਾ, ਗੋਲੀਆਂ ਨਾਲ ਵੀ ਹੁੰਦਾ ਹੈਗਾ, ਹੋਰ 100 ਤਰੀਕੇ ਨੇ ਅੱਜ ਕੱਲ੍ਹ ਜਿਹਦੇ ਨਾਲ ਇਹ ਸਾਰਾ ਕੁਝ ਪੋਸੀਬਲ ਹੋ ਸਕਦਾ ਹੈ। ਡਾਕਟਰ ਸਾਹਿਬ, ਜਿਹੜੇ ਲੋਕਲ ਲੋਕ ਨੇ ਕਿ ਫਗਵਾੜੇ ਦੇ ਵਿੱਚ ਜਸਵੀਰ ਹਸਪੀਟਲ ਦੇ ਵਿੱਚ ਉਹਨਾਂ ਦੇ ਇਹ ਚੀਜ਼ਾਂ ਹੈਗੀਆਂ ਕਿ ਉੱਥੇ ਇਲਾਜ ਕਰਵਾ ਸਕਦੇ ਜੀ? ਸਭ ਕੁਝ ਹੈ, ਸਾਰਾ ਕੁਝ ਅੰਡਰ ਵਨ ਰੂਫ ਹੈਗਾ ਇਹਦੇ ਵਿੱਚ, ਤੁਹਾਡੀਆਂ ਦਵਾਈਆਂ ਨਾਲ, ਪਹਿਲਾਂ ਤੇ ਦਵਾਈਆਂ ਨਾਲ ਹੀ ਟਰਾਈ ਕੀਤਾ ਜਾਂਦਾ ਹੈਗਾ। ਇੱਕ ਕਪਲ ਨੂੰ, ਜੋੜੇ ਨੂੰ ਅਸੀਂ, ਅਗਰ ਉਹ 20-25 ਸਾਲ ਦੇ ਵਿੱਚ ਹੈਗਾ, 27 ਸਾਲ ਦਾ ਹੈ, ਉਹਨੂੰ ਕਹਿੰਦੇ ਵੀ 3-4 ਮਹੀਨੇ ਇੰਨੇ ਟਾਈਮ ਵੇਸਟ ਹੋ ਗਿਆ, ਹੋਰ 3-4 ਮਹੀਨੇ ਆਪਾਂ ਦੇਖ ਲੈਂਦੇ ਕਰਕੇ ਦਵਾਈਆਂ ਨਾਲ ਪਹਿਲਾਂ ਟਰਾਈ ਕਰੀਦਾ ਹੈਗਾ। ਮੋਸਟ ਆਫ ਦੀ ਟਾਈਮਸ ਅਗਰ ਸਭ ਕੁਝ ਦੋਨਾਂ 'ਚ ਠੀਕ ਹੈ, ਟਿਊਬਾਂ ਬੰਦ ਨਹੀਂ ਹੈਗੀਆਂ, ਅੰਡੇ ਠੀਕ ਬਣ ਰਹੇ ਹੈ, ਮੋਸਟ ਆਫ ਦੀ ਟਾਈਮ ਵਿਦ ਇਨ 6 ਮੰਥਸ ਉਹਨਾਂ ਦੇ ਨਿਆਣਾ ਹੋ ਜਾਂਦਾ ਹੈਗਾ, ਕੰਸੈਪਸ਼ਨ ਹੋ ਜਾਂਦੀ ਹੈ, ਮਤਲਬ ਨਿਆਣਾ ਦੇ ਬਾਅਦ 'ਚ ਹੋਏਗਾ ਕੰਸੈਪਸ਼ਨ, ਮਤਲਬ ਬੱਚਾ ਲੱਗ ਜਾਂਦਾ ਹੈਗਾ, ਮੈਕਸੀਮਮ 60-70% ਕਪਲਸ ਦੇ। ਜੀ, ਅੰਤ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਮੈਸੇਜ ਇਹ ਦਿਆਂਗਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਅਗਰ ਆਪਣੇ 'ਚ ਕੋਈ ਪ੍ਰੋਬਲਮ ਹੈ ਉਹਨੂੰ ਦਿਖਾਇਆ ਜਾਏ ਔਰ ਸੋਲਵ ਕੀਤਾ ਜਾਏ, ਔਰ ਆਪਣਾ ਜਿਹੜੇ ਅੱਜ ਕੱਲ੍ਹ ਮਾਡਰਨ ਮੈਡੀਸਨ ਦਾ ਪੂਰਾ ਫਾਇਦਾ ਉਠਾਇਆ ਜਾਏ, ਔਰ ਹੈਲਦੀ ਲਾਈਫ ਸਟਾਈਲ ਮੇਨ ਚੀਜ਼ ਹੈ, ਇਹ ਪ੍ਰੋਬਲਮ ਹੀ ਨਾ ਆਉਣ ਅਗਰ ਸਾਡਾ ਲਾਈਫ ਸਟਾਈਲ ਹੈਲਦੀ ਹੋਵੇ, ਔਰ ਅਸੀਂ ਸਭ ਕੁਝ ਖਾਣ ਪਾਣ ਠੀਕ ਰੱਖੀਏ, ਐਕਸਰਸਾਈਜ਼ ਟਾਈਮ 'ਤੇ ਕਰੀਏ, ਟਾਈਮ 'ਤੇ ਉੱਠੀਏ ਔਰ ਸੋਈਏ। ਜੀ, ਸੋ ਇਹ ਸਾਡੇ ਨਾਲ ਸੀਗੇ ਡਾਕਟਰ ਸਾਹਿਬ ਜਸਵੀਰ ਹਸਪੀਟਲ ਤੋਂ, ਅਤੇ ਜਸਵੀਰ ਹਸਪੀਟਲ ਤੋਂ ਉਹਨਾਂ ਨੇ ਦੱਸਿਆ ਵੀ ਕਿ ਇਲਾਜ ਹੈਗਾ। ਸੋ ਜਿਹੜੇ ਲੋਕਾਂ ਨੂੰ ਇਸ ਤੋਂ ਪ੍ਰੋਬਲਮ ਆ ਜਾਂ ਕੋਈ ਵੀ ਇਸ ਚੀਜ਼ ਤੋਂ ਵਾਂਝਾ ਆ, ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸ਼ਰਮ ਕਰਨ ਦੀ ਜ਼ਰੂਰਤ ਨਹੀਂ ਹੈ, ਜੇ ਤੁਹਾਨੂੰ ਪ੍ਰੋਬਲਮ ਆ ਤਾਂ ਆ ਕੇ ਡਾਕਟਰ ਸਾਹਿਬ ਦੇ ਨਾਲ ਤੁਸੀਂ ਤਾਲਮੇਲ ਕਰ ਸਕਦੇ ਹੋ, ਉਹਨਾਂ ਦੇ ਨਾਲ ਰਾਬਤਾ ਕਰ ਕਰਕੇ ਉਹਨਾਂ ਨੂੰ ਆਪਣੀ ਪ੍ਰੋਬਲਮ ਜਿਹੜੀ ਆ ਉਹ ਦੱਸ ਸਕਦੇ ਹੋ, ਕਿਉਂਕਿ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਨੂੰ ਸਾਰਿਆਂ ਨੂੰ ਸਮਝਾਇਆ, ਅਤੇ ਓਬਵੀਅਸ ਕਿ ਤੁਸੀਂ ਉਹਨਾਂ ਦੇ ਕੋਲ ਜਾਓਗੇ ਤਾਂ ਤੁਹਾਨੂੰ ਉਹ ਹੋਰ ਬਰੀਕੀ ਦੇ ਨਾਲ ਇਸ ਚੀਜ਼ ਬਾਰੇ ਦੱਸ ਸਕਦੇ। ਸੋ ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਜਿਹੜੀ ਵੀ ਇਸ ਪ੍ਰੋਬਲਮ ਤੋਂ ਇਸ ਪ੍ਰੋਬਲਮ ਦੇ ਵਿੱਚ ਸਰਵਾਈਵ ਕਰ ਰਹੇ ਆ, ਤੇ ਉਹ ਲੋਕ ਜ਼ਰੂਰ ਡਾਕਟਰ ਸਾਹਿਬ ਕੋਲ ਪਹੁੰਚਣਗੇ ਤੇ ਡਾਕਟਰ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨਗੇ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਨੂੰ ਦੋ ਇਸ ਹਾਸਤ ਫਿਰ ਦੁਬਾਰਾ ਹਾਜ਼ਰ ਹੋਵਾਂਗੀ ਪ੍ਰੋਗਰਾਮ ਹੈਲੋ ਡਾਕਟਰ ਲੈ ਕੇ।